ਜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ। ਕੱਲ ਇੱਕ ਆਪਾਂ ਸਾਡੇ ਸਤਿਕਾਰਯੋਗ ਹੈ ਬਜ਼ੁਰਗ ਅਗਰਾਹਾਂ ਸਾਹਿਬ ਦੀ ਕੱਲ ਆਪਾਂ ਵੀਡੀਓ ਸੁਣੀ ਸੀ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਜੀ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਕਿ ਐਸਸੀ ਵਰਗ ਨਾਲ ਸੰਬੰਧਿਤ ਹੈ ਉਹਨਾਂ ਬਾਰੇ ਉਹਨਾਂ ਨੇ ਕੁਝ ਸ਼ਬਦ ਬੋਲੇ ਸੀ ਕਹਿੰਦੇ ਸੀ ਵੀ ਆਓ ਛਿੱਤਰਖਾਨੇ ਚੰਨੀ ਨੇ ਆ ਕੇ ਇੱਥੇ ਉਹ ਮੈਂ ਕਹਿੰਦਾ ਬਜ਼ੁਰਗਾ ਗੱਲ ਸੁਣ ਅੰਦੋਲਨ ਦਾ ਠੇਕਾ ਲੈ ਲਿਆ ਤੂੰ ਅੰਦੋਲਨ ਦਾ ਠੇਕਾ ਲਿਆ ਤੇਰੀ ਉਮਰ ਹੈਗੀ ਹੈ ਰੱਬ ਦਾ ਨਾਂ ਲੈਣ ਵਾਲੀ ਰੱਬ ਦਾ ਨਾਂ ਲੈ ਰੱਬ ਨੂੰ ਲਿਵਲਾ ਵੀ ਅੱਗੇ ਜਾ ਕੇ ਕੀ ਆਪਾਂ ਹਿਸਾਬ ਕਿਤਾਬ ਦੇਣੇ ਹੈ ਤੁਹਾਡੀ ਉਹ ਇਹ ਉਮਰ ਨਹੀਂ ਗੀ ਵੀ ਤੁਸੀਂ ਇਹੋ ਜਿਹੇ ਬਿਆਨ ਦਿਓ ਰੱਬ ਨਾਲ ਲਿਵਲਾ ਬਹੁਤ ਉਮਰ ਹੋ ਗਈ ਹੈ ਹੁਣ ਇਸ ਕਰਕੇ ਇਹੋ ਜਿਹੇ ਬਿਆਨ ਨਾ ਦਿਆ ਕਰੋ ਉਹ ਵੀ ਐਸਸੀ ਵਰਗ ਦੇ ਸੀਐਮ ਦੇ ਖਿਲਾਫ ਤੇ ਮੇਰੀ ਬਜ਼ੁਰਗਾ ਮੇਰੀ ਬੇਨਤੀ ਇਹ ਹੈ ਕਿ 10 ਮਹੀਨੇ ਹੋ ਗਏ ਤੁਹਾਨੂੰ ਬੈਠਿਆਂ ਨੂੰ ਕੀ ਖੱਟਿਆ ਉੱਥੇ ਤੁਸੀਂ ਕੀ ਖੱਟਿਆ ਸੈਂਕੜੇ ਕਿਸਾਨ ਦੀ ਸ਼ਹੀਦੀ ਹੋ ਚੁੱਕੀ ਹੈ ਉੱਥੇ ਕੀ ਖੱਟਿਆ ਉੱਥੇ ਤੁਸੀਂ ਅੰਦੋਲਨ ਦਾ ਠੇਕਾ ਲੈ ਲਿਆ 10 ਮਹੀਨੇ ਤੋਂ ਤੁਸੀਂ ਲਗਾਤਾਰ ਉੱਥੇ ਬੈਠੇ ਹੋ ਪੰਜਾਬ ਵਾਲੇ ਪਾਸੇ ਵੀ ਕਈ ਵਾਰੀ ਮੂੰਹ ਕਰ ਲੈਂਦੇ ਹੋ ਵੀ ਯਾਰ ਇਲੈਕਸ਼ਨ ਆ ਗਿਆ 10 ਮਹੀਨੇ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਹੋਈਆਂ ਕਿਸਾਨਾਂ ਦੀਆਂ ਮੈਂ ਕਹਿੰਦਾ ਵੀ 40 ਸਾਲ ਦਾ ਤੁਹਾਡੇ ਤਜਰਬੇ ਦਾ ਪਤਾ ਲੱਗ ਗਿਆ ਇੱਥੇ ਪਹਿਲੀ ਵਾਰ ਤੁਹਾਨੂੰ 40 ਸਾਲ ਦਾ ਤਜਰਬੇ ਦਾ ਪਤਾ ਲੱਗਾ ਕਿ ਪਹਿਲੀ ਵਾਰ ਤੁਹਾਨੂੰ ਧਰਨੇ ਦਾ ਪਤਾ ਲੱਗਿਆ ਧਰਨਾ ਕੀ ਹੁੰਦਾ ਸ਼ਹਿਰਾਂ ਦੇ ਵਿੱਚ ਕੀ ਕਰਦੇ ਸੀ ਚੌਂਕਾਂ ਦੇ ਵਿੱਚ 40 ਮਿੰਟ 30 ਮਿੰਟ ਜਿੰਦਾਬਾਦ ਮੁਰਦਾਬਾਦ ਕਰਕੇ ਉੱਠ ਖੜਦੇ ਸੀ ਉਸ ਤੋਂ ਬਾਅਦ ਤੁਸੀਂ ਜਾਂਦੇ ਸੀ ਤੇ ਪਿੱਛੇ ਕੌਣ ਰਹਿ ਜਾਂਦੇ ਸੀ ਛੋਟੇ ਕਿਸਾਨ ਤੇ ਸਾਡੇ ਮਜ਼ਦੂਰ ਜਿਨ੍ਹਾਂ ਨੂੰ ਤੁਸੀਂ ਗੁੰਮਰਾਹ ਕਰਦੇ ਰਹੇ ਹੋ 40-40 ਮਿੰਟ ਦੇ ਧਰਨੇ ਸੀ ਹੁਣ ਤੁਹਾਨੂੰ ਪਤਾ ਲੱਗਾ ਕਿ ਧਰਨਾ ਕੀ ਹੁੰਦਾ ਇਹ ਤੁਹਾਨੂੰ ਸਿਖਾਇਆ ਕੀ ਨੇ ਯੂਥ ਨੇ ਉਹ ਬਜ਼ੁਰਗੋ ਤੁਹਾਡੀ ਬੈਰੀਗੇਡ ਤੋੜਨ ਵਾਲੀ ਉਮਰ ਨਹੀਂ ਤੁਹਾਨੂੰ ਯੂਥ ਲੈ ਕੇ ਗਿਆ ਉੱਥੇ ਯਾਦ ਕਰੋ ਜਦੋਂ ਆਪਾਂ ਕੂਚ ਕੀਤਾ ਦਿੱਲੀ ਨੂੰ ਮੈਂ ਯਾਦ ਕਰਾਉਣਾ ਤੁਹਾਨੂੰ ਯਾਦ ਕਰੋ ਜਦੋਂ ਡੂਮ ਵਾਲੀ ਬਾਰਡਰ ਦੇ ਉੱਤੇ ਪੱਕਾ ਧਰਨਾ ਲਾ ਕੇ ਬਹਿ ਗਏ ਸੀ ਹਫ਼ਤਾ ਇੱਥੇ ਬੈਠਾਂਗੇ ਯਾਦ ਕਰੋ ਤੇ ਚੌਧਰੀ ਕ੍ਰਿਸ਼ਨ ਲਾਲ ਆਪਣੇ ਕਿਹੜਾ ਬਾਰਡਰ ਹੈ ਸ਼ੰਭੂ ਬਾਰਡਰ ਤੋਂ ਚੱਲ ਕੇ ਇੱਥੇ ਆਇਆ ਸੀ ਤੁਹਾਨੂੰ ਉਠਾਉਣ ਵਾਸਤੇ ਕਰੋ ਕੁਲਵੀਰ ਆਪਣੇ ਘੋਲੀਏ ਨਾਲ ਗੱਲ ਕੁਲਵੀਰ ਘੋਲੀਏ ਦੇ ਇੱਕ ਮੇਰੀ ਬਾਈਟ ਕੀਤੀ ਸੀ ਤੇ ਮੈਂ ਯੂਥ ਨੂੰ ਲਾਮ ਬੰਦ ਕਰਤਾ ਸੀ ਵੀ ਕਿਉਂ ਇੱਥੇ ਬੈਠੇ ਹੋ ਤੁਸੀਂ ਤੋੜੋ ਬੈਰੀਗੇਟ ਕਿਉਂ ਨਹੀਂ ਜਾ ਰਹੇ ਜੇ ਅਸੀਂ ਆਏ ਹੈ ਸ਼ੰਭੂ ਬਾਰਡਰ ਹੀ ਹੈ ਬਾਰਡਰ ਵਾਲੇ ਤੇ ਦਿੱਲੀ ਪਹੁੰਚ ਸਕਦੇ ਹੈ ਤੁਸੀਂ ਨਹੀਂ ਪਹੁੰਚ ਸਕਦੇ ਇਸ ਕਰਕੇ ਬਜ਼ੁਰਗੋ ਸਾਨੂੰ ਸਾਰਾ ਪਤਾ ਮੈਂ ਉਸ ਪਾਰਟੀ ਦਾ ਨਾਂ ਨਹੀਂ ਲੈ ਸਕਦਾ ਜਿਹੜੀ ਪਾਰਟੀ ਦੇ ਸਿਰ ਦੇ ਉੱਤੇ ਤੁਸੀਂ ਬੋਲ ਰਹੇ ਹੋ ਕਿਹੜੀ ਪਾਰਟੀ ਨਾਲ ਤੁਹਾਡਾ ਰਿਲੇਸ਼ਨ ਹੈ ਇਸ ਕਰਕੇ 40-40 ਮਿੰਟ ਦੇ ਧਰਨੇ ਤੁਹਾਨੂੰ ਪਤਾ ਲੱਗ ਚੁੱਕਿਆ ਵੀ ਵੱਡਾ ਧਰਨਾ ਕੀ ਹੁੰਦਾ ਤੇ ਬਜ਼ੁਰਗੋ ਬਾਕੀ ਮੈਂ ਇੱਕ ਗੱਲ ਕਹੂੰਗਾ ਵੀ ਯੂਥ ਤੁਹਾਨੂੰ ਧੱਕੇ ਨਾਲ ਲੈ ਕੇ ਗਿਆ ਤੁਸੀਂ ਨਹੀਂ ਜਾਂਦੇ ਸੀ ਪੰਜਾਬ ਛੱਡ ਕੇ ਤੁਸੀਂ ਤਾਂ ਇੱਥੇ ਬੈਠਣ ਵਾਲੇ ਸੀ ਬਾਕੀ ਮੈਂ ਇੱਕ ਚੀਜ਼ ਹੋਰ ਵੀ ਕਹੂੰਗਾ ਕਿ ਜੇਕਰ ਇੰਨਾ ਹੀ ਤੁਸੀਂ ਕਿਸਾਨਾਂ ਦੇ ਹੱਕ 'ਚੋਂ ਇੰਨਾ ਹੀ ਤੁਸੀਂ ਮਜ਼ਦੂਰ ਦੇ ਹੱਕ 'ਚੋਂ ਤਾਂ ਐਲਾਨ ਕਰੋ ਵੀ 2022 ਦਾ ਇਲੈਕਸ਼ਨ ਦਾ ਅਸੀਂ ਬਾਈਕਾਟ ਕਰਾਂਗੇ ਇਹ ਕਰੋ ਕਰਕੇ ਦਿਖਾਓ ਮੈਨੂੰ ਤੁਹਾਡੀ ਸਾਰੀ ਵੋਟ ਸਾਨੂੰ ਪਤਾ ਕਿੱਧਰ ਜਾਣੀ ਹੈ ਤੁਹਾਡੇ ਗਰੁੱਪ ਦੀ ਵੋਟ ਦਾ ਸਾਰੀ ਦਾ ਪਤਾ ਕਿਹੜੇ ਪਾਰਟੀ ਨੂੰ ਜਾਣੀ ਹੈ ਤੇ ਫਿਰ ਐਵੇਂ ਡਰਾਮੇਬਾਜ਼ੀ ਕਰਨ ਦੀ ਲੋੜ ਨਹੀਂ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਵੀ 26 ਜਨਵਰੀ ਵਾਲਾ ਜਿਹੜਾ ਦਿਨ ਤੁਸੀਂ ਸਾਂਭ ਜਾਂਦੇ ਜਿਵੇਂ ਉੱਥੇ ਲਾਲ ਕਿਲ੍ਹੇ ਤੇ ਗਏ ਸੀ ਦੀਪ ਸਿੱਧੂ ਗਿਆ ਸੀ ਹੋਰ ਸਾਡੇ ਬੰਦੇ ਗਏ ਸੀ ਯੂਥ ਗਿਆ ਸੀ ਉਹੀ ਸਾਂਭ ਜਾਂਦੇ ਤਾਂ ਅੱਜ ਬਿੱਲ ਮਾਫ਼ ਹੋ ਜਾਣੇ ਸੀ ਕਿਉਂਕਿ ਕਿਲ੍ਹੇ ਦੇ ਉੱਤੇ ਜਾਣ ਦਾ ਸਾਨੂੰ ਟਾਈਮ ਮਿਲ ਗਿਆ ਸੀ ਤਾਂ ਉੱਥੇ ਅਸੀਂ ਧਰਨਾ ਵੀ ਲਾ ਸਕਦੇ ਸੀ ਬਹਿ ਕੇ ਜੇ ਪੱਕਾ ਧਰਨਾ ਲੱਗ ਜਾਂਦਾ ਅੱਜ ਬਿੱਲ ਇਹ ਜਿਹੜੇ ਆਪਣੇ ਰੱਦ ਹੋ ਜਾਣੇ ਸੀ ਤੇ ਕਿਸਾਨਾਂ ਦੀ ਸ਼ਹੀਦੀ ਨਹੀਂ ਹੋਣੀ ਸੀ ਇਹ ਕਿਸਾਨਾਂ ਦੀ ਸ਼ਹੀਦੀ ਕਿਹਦੇ ਕਾਰਨ ਹੋਈ ਹੈ ਇਹ ਤੁਹਾਡੇ ਕਾਰਨ ਹੁਣ ਬਾਪੂ ਖੁੰਡੇ ਵਾਲੇ ਦੀ ਵੀ ਗੱਲ ਕਰ ਲੈਂਦੇ ਅੱਜ ਆਪਾਂ ਬਾਪੂ ਖੁੰਡੇ ਵਾਲੇ ਨੇ ਬਿਆਨ ਦੇਣਾ ਸੰਤਾਂ ਦੇ ਖਿਲਾਫ ਉਹ ਕਿਉਂ ਦਿੱਤਾ ਸੀ ਇਹੀ ਕੀਤਾ ਜੀ ਮੈਨੂੰ ਸਿਕਿਉਰਿਟੀ ਮਿਲ ਜੂ ਉਹ ਬਾਪੂ ਫਿਰ ਤੁਸੀਂ ਸਿਕਿਉਰਿਟੀ ਤਾਂ ਲੈ ਲਈ ਤੇ ਫਿਰ ਸਿਕਿਉਰਿਟੀ ਸਾਂਭੀ ਵੀ ਨਾ ਗਈ ਕਿਉਂ ਨਹੀਂ ਸਿਕਿਉਰਿਟੀ ਸਾਂਭੀ ਗਈ ਤੁਹਾਡਾ ਉਹ ਤਾਂ ਨਹੀਂ ਸਾਂਭੀ ਗਈ ਕਿ ਤੁਸੀਂ ਜਿੰਨਾ ਜਿੰਨਾ ਜਗ੍ਹਾ ਤੇ ਜਾਂਦੇ ਹੋ ਜਿਹੜੇ ਜਿਹੜੇ ਲੀਡਰਾਂ ਨੂੰ ਮਿਲਦੇ ਹੋ ਉੱਥੇ ਤੁਹਾਡੀ ਲੀਕੇਜ ਹੁੰਦੀ ਸੀ ਵੀ ਅੱਜ ਬਾਪੂ ਉੱਥੇ ਗਿਆ ਇਸ ਕਰਕੇ ਖਰੀਆਂ ਸੁਣਾਉਣਾ ਹੁੰਦਾ ਮੈਂ ਤਾਂ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਚਰਨਜੀਤ ਚੰਨੀ ਬਾਰੇ ਕਿ ਆ ਜਾਓ ਉੱਥੇ ਛਿੱਤਰਖਾਨੇ ਉਹਨੇ ਆ ਕੇ ਤੇ ਬਾਪੂ ਜੀ ਤੁਸੀਂ ਕੀ ਕਰ ਰਹੇ ਹੋ ਕਦੇ ਤੁਸੀਂ ਆਪ ਅੱਗੇ ਹੋ ਕੇ ਧਰਨਿਆਂ ਦੇ ਉੱਤੇ ਲਾਠੀਚਾਰਜ ਆਏ ਹੋ
किसान छोटे किसान छोटे मजदूर जिहड़ा साडा मजदूर उन्हां दे छित्तर पैंदा उन्हां दे वजदियां है अपने कैनला कैनला का पानी उन्हां दे वाछड़ा वजदियां तुहाडे कित्ते वजी है। इस करके तुसीं तां पिछे खड़ के मैं लड़न वाले हो अगे खड़ के लड़िया करो। इस करके जिहड़ी तुसीं ये बयान दिता है ये निखेधी करता इस बयान की भी पहला क्यों ना कोई बयान दिता तुसीं कैप्टन अमरिंदर सिंह दे खिलाफ दिंदे सरदार प्रकाश सिंह बादल दे सुखबीर बादल दे क्यों ना बयान दिता भी इत्थे आवे असीं छित्तर मारांगे छित्तरां उखाड़े एक तुसीं एसी वर्ग नाल संबंधित साडे सीएम दे खिलाफ तुसीं इह शब्द बोले है इहदी मैं निखेधी करदा ते बापू जी एक होर गल सुन लो मेरी भी चौधरी कृष्ण लाल जे स्टैंड लै जाए ना स्टैंड बड़ा लैंदा है और धूड़कोट जाके देख लो धूड़कोट दे विच एक बंदा बोलिया सी भी साडे सिर दे उत्ते चूड़ा चूड़ा पाता ते साडे पिंड दे अगे चूड़े नहीं सूतौंदे ते बजुर्गो देख लो परचा दर्जा अरैसट हो गया ते रिमांड ते अज इस करके एहो जे बयान ना दिओ परमात्मा नाल लिव लाओ बहुत तुहाडी उम्र हो गई उत्ते आपां जवाब देना परमात्मा नूं जाके उत्ते वहीआं खुलणीआं भी की कुछ करदे रहे हो तुसीं ਤੁਸੀਂ ਇੱਕ ਮਜ਼ਦੂਰ ਨੂੰ ਤੇ ਕਿਸਾਨ ਨੂੰ ਛੋਟੇ ਕਿਸਾਨ ਨੂੰ ਗੁੰਮਰਾਹ ਕੀਤਾ ਹੋਰ ਕੀ ਕੀਤਾ ਤੁਸੀਂ 40 ਸਾਲ ਦਾ ਤਜਰਬੇ ਦਾ ਤੁਹਾਡਾ ਪਤਾ ਲੱਗ ਗਿਆ ਆਹ ਤਜਰਬੇ ਦਾ ਤੁਹਾਨੂੰ ਪਤਾ ਪੂਰਾ ਕਲੀਅਰ ਹੋ ਗਿਆ ਵੀ ਧਰਨਾ ਕੀ ਹੁੰਦਾ ਆਹ ਹੈ 10 ਮਹੀਨੇ ਹੋ ਗਏ ਧਰਨਾ ਲੱਗੇ ਨੂੰ ਕਿਹਦਾ ਨੁਕਸਾਨ ਹੋਇਆ ਛੋਟੇ ਵਰਗ ਦਾ ਛੋਟੇ ਮਜ਼ਦੂਰ ਦਾ ਛੋਟੇ ਕਿਸਾਨ ਦਾ ਇਸ ਕਰਕੇ ਬਜ਼ੁਰਗੋ ਇਹੋ ਜਿਹਾ ਬਿਆਨ ਨਾ ਦਿਓ ਇਹੋ ਜਿਹਾ ਬਿਆਨ ਸਾਡੇ ਸੀਐਮ ਦੇ ਖਿਲਾਫ ਨਾ ਦਿਓ ਪਹਿਲੀ ਵਾਰ ਪੰਜਾਬ ਨੂੰ ਚਿਹਰਾ ਮਿਲਿਆ ਤੁਸੀਂ ਕੰਮ ਦੇਖੋ ਸਾਡੇ जे तुसी लड़ना तो दिल्ली सरकार मोदी ना लड़ो मैनू सब पता है असी तो पत्ते नहीं खोलते पत्ते खोलांगे एक बयान होर दिओ तुसी उत्ते पत्ते खोलूंगा पत्ते सारे जथेबंदियां दे प्रधानां दे पए आ पर असी खोलणे नहीं पत्ते बहुत पए आ मेरे कोले जदों खोलूंगा तुहानू पता लग जूगा। इस करके इहो जिहे बयान तो थोड़ी जी ना कन्नी कतरा जा करो भी इहो जिहा बयान ना दिया करो हुण तुहाडे कमेंट वेखो आ मैं वीडियो पाउण लगा तुहाडे कमेंट वेखो किहो जिहे ਜਿਹੜੇ ਤੁਹਾਡੇ ਬਾਹਲੇ ਪਾਲਤੂ ਹੋਏ ਉਹ ਤਾਂ ਭਲਾ ਕੋਈ ਮਾੜਾ ਕਰ ਜਾਣ ਚੰਗਾ ਕਰ ਜਾਣ ਪਰ ਸਾਰੇ ਮਾੜੇ ਕਮੈਂਟ ਆਉਣਗੇ। ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਫੇਰ ਮੈਂ ਤੁਹਾਨੂੰ ਕਹਿ ਦਿੰਦਾ ਵੀ ਪੱਤੇ ਬੜੇ ਪਏ ਆ ਸਾਡੇ ਕੋਲੇ ਖੋਲਣ ਵਾਲੇ ਸੀ ਪੱਤੇ ਖੋਲ ਦਾਂਗੇ ਪੰਜਾਬ ਦੇ ਵਿੱਚ ਕੀ ਕੁਛ ਹੁੰਦਾ ਰਿਹਾ ਮਜ਼ਦੂਰ ਵਰਗ ਨੂੰ ਤੇ ਛੋਟੇ ਕਿਸਾਨਾਂ ਨੂੰ ਕਿਵੇਂ ਘਬਰਾ ਕਰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।